1984 ਦੇ ਵਿੱਚ ਜਦੋਂ ਹਿੰਦੁਸਤਾਨੀ ਹਕੂਮਤ ਨੇ ਦਰਬਾਰ ਸਾਹਿਬ ਹਮਲਾ ਕੀਤਾ ਨਾ, ਅਤੇ ਇਸ ਹਮਲੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਐਸੀ ਸੂਰਮਗਤੀ ਦੀ ਮਿਸਾਲ ਪੈਦਾ ਕਰ ਦਿੱਤੀ ਜਿਹੜੀ ਰਹਿੰਦੀ ਦੁਨੀਆ ਤੱਕ ਕਿਸੇ ਵੀ ਗ੍ਰੰਥ ਕੋਲ ਨਹੀਂ ਹੈ। ਉਹ ਕਿਹੜੀ ਮਿਸਾਲ ਹੈ? ਸਾਧ ਸੰਗਤ, ਗੋਲੀ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਵਿੱਚ, ਅਤੇ ਕਹਿੰਦੇ ਨੇ 90 ਅੰਗਾਂ ਦੇ ਵਿੱਚੋਂ ਦੀ ਲੰਘਦੀ ਹੋਈ ਗੋਲੀ, ਅਤੇ 16ਵੀਂ ਅਸ਼ਟਪਦੀ ਸੁਰਮਨੀ ਸਾਹਿਬ ਦੀ ਹੁਣ ਤੁਸੀਂ ਦੇਖ ਲਓ, 90 ਅੰਗਾਂ ਦੇ ਵਿੱਚੋਂ ਦੀ ਲੰਘੀ ਆ, ਅਤੇ ਉੱਥੇ ਜਾ ਕੇ ਗੋਲੀ ਸਾਧ ਨੂੰ ਪਹੁੰਚੀ ਹੈ ਜਿੱਥੇ ਅਸ਼ਟਪਦੀ 16ਵੀਂ ਚੱਲਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਤੇ ਸਾਧ ਸੰਗਤ, ਉਸ ਰੂਪ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਗਿਆ, ਜਦੋਂ ਆਪਾਂ ਇਸ ਸਰੂਪ ਦੇ ਦਰਸ਼ਨ ਕਰਦੇ ਹਾਂ, ਮੋਬਾਈਲਾਂ ਦੇ ਉੱਤੇ ਦਰਸ਼ਨ ਕਰ ਰਹੇ ਸੀ, ਅਤੇ ਮੇਰਾ ਵੀ ਮਨ ਬਹੁਤ ਜ਼ਿਆਦਾ ਭਰਿਆ ਵੀ ਸੱਚੇ ਪਾਤਸ਼ਾਹ ਆਪ ਜੀਆਂ ਨੇ ਆਪਣੇ ਤਨ ਉੱਤੇ ਐਡਾ ਵੱਡਾ ਜ਼ੁਲਮ ਝੱਲਿਆ, ਐਡਾ ਵੱਡਾ ਤਸ਼ੱਦਦ ਝੱਲਿਆ, ਅਤੇ ਸਾਧ ਸੰਗਤ ਇਹ ਕੇਵਲ ਗੱਲ ਕਹੀ ਨਹੀਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਅਤੇ ਸਾਧ ਸੰਗਤ, ਇਹ ਗੋਲੀਆਂ ਪਹਿਲੇ ਆਪ ਗੁਰੂ ਸਾਹਿਬ ਜੀ ਨੇ ਤਨ 'ਤੇ ਖਾਧੀਆਂ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਵਿੱਚੋਂ ਕਮਾਲ ਦੀ ਗੱਲ ਹੈ, 90 ਅੰਗ ਚੀਰਦੀ ਹੋਈ 16ਵੀਂ ਅਸ਼ਟਪਦੀ 'ਤੇ ਜਾ ਕੇ ਉਹ ਗੋਲੀ ਜਿਹੜੀ ਹੈ ਸਾਧ ਸੰਗਤ ਪਹੁੰਚਦੀ ਹੈ ਜਿਲਦ ਦੇ ਵਿੱਚੋਂ। ਗੋਲੀ ਅੱਜ ਜਦੋਂ ਦਰਸ਼ਨ ਕਰਾ ਰਹੇ ਸੀ, ਉਹ ਸਰੂਪ ਜ਼ਖਮੀ ਸਰੂਪ ਅੱਜ ਵੀ ਇਸ ਗੱਲ ਦੀ ਸਾਨੂੰ ਸਾਧ ਸੰਗਤ ਇਹ ਪ੍ਰੇਰਣਾ ਦਿੰਦਾ ਹੈ, ਅੱਜ ਵੀ ਇਸ ਗੱਲ ਦਾ ਸਾਨੂੰ ਜਜ਼ਬਾ ਦਿੰਦਾ ਆ। ਸਿੱਖਾ, ਗੁਰੂ ਕੇਵਲ ਕਹਿੰਦਾ ਨਹੀਂ, ਗੁਰੂ ਤਵੀਆਂ 'ਤੇ ਉਸ ਵੇਲੇ ਵੀ ਆਸਣ ਲਾਉਣਾ ਜਾਣਦਾ ਸੀ, ਅਤੇ ਗੁਰੂ ਅੱਜ ਵੀ ਆਪਣੇ ਤਨ ਉੱਤੇ ਗੋਲੀਆਂ ਖਾਣਾ ਜਾਣਦਾ ਹੈ। ਕਹਿੰਦਾ ਹੀ ਨਹੀਂ ਆ, ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕੇ, ਉਹ ਗੁਰੂ ਨੇ ਕਰਕੇ ਵਿਖਾ ਦਿੱਤਾ। 6 ਜੂਨ ਤੱਕ ਸ਼੍ਰੀ ਹਰਿਮੰਦਰ ਸਾਹਿਬ, ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ, ਤਿੰਨਾਂ ਦੇ ਪਾਵਨ ਅਸਥਾਨ 'ਤੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ, ਅਤੇ ਉਸ ਗੋਲੀ ਦੇ ਵੀ ਦਰਸ਼ਨ ਦੀਦਾਰ, ਉਹ ਗੋਲੀ ਵੀ ਦਿਖਾਈ ਜਾਏਗੀ ਜਿਹੜੀ ਗੁਰੂ ਸਾਹਿਬ ਜੀ ਦੇ ਅੰਗ ਨਾਲ ਲੱਗੀ ਹੈ। ਅਤੇ ਸਾਧ ਸੰਗਤ, ਇਹਨਾਂ ਜ਼ਾਲਮ ਹਕੂਮਤਾਂ ਨੂੰ ਗੁਰੂ ਸਾਹਿਬ ਜੀਆਂ ਨੇ ਇਹ ਨਹੀਂ ਅਸੀਂ ਮੰਨਦੇ ਹਾਂ, ਆਗਿਆ ਭਈ ਅਕਾਲ ਕੀ ਨਬੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਜਦੋਂ ਹਮਲਾ ਹੋਇਆ, ਸਾਧ ਸੰਗਤ ਹਮਲੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਤੇ ਉਦੋਂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਤੇ ਇਸ ਦੇਹ ਜਿਸ ਦੇਹ ਵਿੱਚ ਗੋਲੀ ਲੱਗੀ ਹੈ ਨਾ, ਤੇ ਉਸ ਦੇਹ ਵਿੱਚੋਂ ਆਵਾਜ਼ ਆ ਰਹੀ ਹੈ, ਕਿਸ ਹੋਂ ਜਾਚੀ ਕਿਸ ਆਰਾਧੀ, ਜਾਂ ਸਭ ਤੋਂ ਕੀਤਾ ਹੋਸੀ, ਜੋ ਜੋ ਦਿਸੇ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ, ਨਿਰੰਕਾਰ ਨਿਰਭਉ ਨਿਰੰਕਾਰ ਭਵ ਖੰਡਨ, ਸਭ ਸੁਖ ਨਵਨਿਲ ਦੇਸੀ। ਅਤੇ ਇਹ ਜਦੋਂ ਹੁਕਮਨਾਮਾ ਆਇਆ, ਅਤੇ ਇਸ ਹੁਕਮਨਾਮੇ ਸਾਹਿਬ ਨੇ ਸਾਧ ਸੰਗਤ ਇਸ ਹਕੂਮਤ ਦੀ ਜੜ ਹਿਲਾ ਦਿੱਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਹਿ ਦਿੱਤਾ, ਪ੍ਰਮਾਣ ਕਰ ਦਿੱਤਾ, ਕਿਉਂਕਿ ਬਾਣੀ ਆਦਿ ਸੱਚ ਆਦਿ ਸੱਚ। ਅਤੇ ਕੀ ਹੁਕਮਨਾਮਾ ਆਇਆ? ਜੋ ਜੋ ਦਿਸੇ ਵੱਡਾ ਵਡੇਰਾ, ਜਿਹੜਾ ਇੱਥੇ ਵੱਡਾ ਬਣ ਕੇ ਆਇਆ ਨਾ,
ਤੇ ਸਾਧ ਸੰਗਤ ਫਿਰ ਉਹਨੂੰ ਕੀ ਮਿਲਿਆ? ਸੋ ਖਾਕੂ ਰਲ।